फ्रेश फ्रुश हो गए हैं तो हूँ मेरे 6 घंटे है इतने जहाज मेरा आने से तो मैं जिदा अगे बस स्टैंड वेट करते होंगे इदा हूँ जहाज की वेट करनी है एयरपोर्ट से पर इदा भी नज़ारा बहुत वधिया मेरे मूहरे हूँ तो नज़ारा मैं भी तुम दिखा हूँ नज़ारा तो इदा भी मतलब कि हम इतना जहाज उत्तर चढ़ते मैं दिखन गए तो मैं पाँच कहने नज़ारे ना की कहने प्लेन स्पॉटिंग जिन्हें कहते हैं वो करूँगा नज़ारा तुम हूँ मैं दिखा हाँ हैगा जी मेरा व्यू इस वेले जहाज खड़े तो उधर जो तुम दिखा उधर जहाज एक लैंड हो लैंड मिल रहा है इतने दिखना नहीं लैंड हों पर पास शायद जाना पा जहाज थोड़ा जहा ज़्यादा अगे आ के ये बंदा जोड़ा आ लैंड करा लगा वो पिछले लाता थले नहीं यार रनवे थोड़ा गाह ना गया मैं लगता बिल्डिंग के उल्ले हो जाने रनवे ये तो माड़ी गल हो गई मेरिया फीलिंग तो बची रह गई इतों थले जाके जहाज रुकिया तो परले पास जाके देता बिल्डिंग घूम के ना टाइम वादू अपने को मैं फिर घूम के देता इतने आ प्राइवेट जट जी लगन दिया कि सोहना प्लेन है ना आज तो निकू खड़े दो निकू खड़े हैं किधर भी खड़ा जेट ढके हुए कपड़े का बोर्डिंग शुरू होने मिनट रह गए पिंट बोर्डिंग शुरू होनी है फिर आप बैग जहाज से तो सीधे जावे एल ए एल ए तो फिर अपन लैना कराना भाजी नाले कड्डू दो चार गाल जिन्ना टाइम ला के आवा तो नाले जावे आप घर उ जाके तो 10-15 दिन मैं बेलना उस तो बाद देखने भी ट्रक अपना जरा कि
टाइम लगू रेडी होने होर फिर वो हिसाब से सैटिंग करा जाके भी कोई होर ट्रक चला उन्ना टाइम के घर वेट करनी है बाकी उत्थे जाके पता लगू संगत बाबा जुड़ चुकी हैं रौनक मेला पूरा रेहड़ी उत्थे भी लगी है तीन टाइम वाली रेहड़ी सैंडविच ले लो फूडे ले लो गेट अपना L26 24 घंटे लगता सफर बहुता नहीं हो बट कई बार देख लो 3-4-5 साल लंघ जाते हैं सफर कुछ भी नहीं ट्रकों के बच्चे आप हर वीक 3 दिन इधर जाइए 3 दिन उधर आई जा भी सफर ही है आ भी सफर ही है ट्रकों का रोज क्ढ़ी का सफर आना कि बड़िया बाद साल बाद है ना लो भी जहाज अपना तुर पिया हूँ चलिए आप चल पाइए एल ए नहीं इतों 6 घंटे से पता नहीं लगे कदम लगे घूम करते इतने बड़ा आनंद लिया इतने
ਜਹਾਜ਼ ਉੱਡ ਪਿਆ ਅਸਮਾਨ 'ਚ। ਹੁਣ ਹੌਲੀ ਹੌਲੀ ਐਲਟੀਟਿਊਡ ਜਿਹੜਾ ਵਧਾਈ ਜਾਣਗੇ, ਦਸ ਪੰਦਰਾਂ ਮਿੰਟਾਂ 'ਚ ਪਹੁੰਚ ਜਾਂਦੇ ਫਲਾਇੰਗ ਐਲਟੀਟਿਊਡ 'ਤੇ ਜਹਾਜ਼ ਬੁੱਕ ਦੇ ਪੂਰੇ। ਇੱਥੋਂ ਆਈ ਥਿੰਕ 87 ਕਿਲੋਮੀਟਰ 88 ਕਿਲੋਮੀਟਰ ਹੈ ਹਲੇ, ਅਤੇ 11 ਘੰਟੇ ਸ਼ਾਇਦ ਲੱਗਣੇ ਯਾਰ, 10-10+ ਹੀ ਆ। ਅਤੇ ਮੈਂ ਸੌਂਦਾ ਨਹੀਂ ਹੁੰਦਾ ਵੈਸੇ ਜਹਾਜ਼ 'ਚ, ਬਹੁਤ ਘੱਟ ਸੌਂਦਾ ਮੈਂ, ਕਿਉਂਕਿ ਫਿਰ ਕੀ ਹੁੰਦਾ ਆ ਜੇ ਤੁਸੀਂ ਸੌਂ ਜਾਂਦੇ ਆ ਫਿਰ ਤੁਹਾਨੂੰ ਜਿੱਦਾਂ ਹੁਣ ਦਿਨ ਰਾਤ ਦਾ ਫਰਕ ਪੈ ਜਾਂਦਾ ਇੰਡੀਆ ਤੋਂ ਅਮੈਰੀਕਾ ਦਾ, ਅਤੇ ਜੇ ਤੁਸੀਂ ਸੌਂ ਜਾਂਦੇ ਇੰਡੀਆ ਦੇ ਹਿਸਾਬ ਨਾਲ ਤਾਂ ਫਿਰ ਅਮੈਰੀਕਾ ਆ ਕੇ ਤੁਹਾਨੂੰ ਦਿਨੇ ਨੀਂਦ ਆਉਣ ਲੱਗ ਪੈਂਦੀ ਹੈ। ਮੈਂ ਤਾਂ ਕਰਕੇ ਸੌਂਦਾ ਨਹੀਂ ਹੁੰਦਾ ਜਹਾਜ਼ 'ਚ, ਫਿਰ ਕੀ ਹੁੰਦਾ 24 ਘੰਟੇ ਬੰਦਾ ਜਾਗਦਾ ਬੈਠਾ ਹੁੰਦਾ, ਫਿਰ ਜਦੋਂ ਇੰਡੀਆ ਹੀ ਰਾਤ ਪੈਂਦੀ ਹੈ ਜਾਂ ਇੰਡੀਆ ਆਉਂਦਾ ਮੈਂ ਇੰਡੀਆ ਹੀ ਰਾਤ ਨੂੰ ਸੌਂ ਜਾਂਦਾ ਹੁੰਦਾ, ਅਮੈਰੀਕਾ ਆਉਂਦਾ ਤਾਂ ਫਿਰ ਅਮੈਰੀਕਾ ਹੀ ਰਾਤ ਨੂੰ ਸੌਂਦਾ ਹੁੰਦਾ। ਸੋ ਇੱਕ ਦਿਨ 'ਚ ਨੀਂਦ ਸੈੱਟ ਕਰ ਲੈਂਦਾ ਹੁੰਦਾ ਮੈਂ। ਜਹਾਜ਼ ਉੜਿਆ ਨੂੰ ਹਲੇ 15-20 ਮਿੰਟ ਹੀ ਹੋਏ ਆ, ਅਤੇ ਰੋਟੀ ਪਾਣੀ ਜਿਹੜਾ ਆ ਗਿਆ ਇਹ ਨਾ, ਜਿੱਦਾਂ ਔਡਰ ਕੀਤੇ ਹੁੰਦੇ ਲੋਕਾਂ ਨੇ ਕਈ ਵਾਰੀ ਸਪੈਸ਼ਲ ਮੀਲ, ਤਾਂ ਉਹ ਮੈਨੂੰ ਦੇ ਗਿਆ। ਮੈਂ ਤਾਂ ਔਡਰ ਕੀਤਾ ਨਹੀਂ ਸੀਗਾ, ਤਾਂ ਮੈਨੂੰ ਦੇ ਗਿਆ, ਮੈਂ ਫਿਰ ਨਾ ਨਹੀਂ ਕੀਤੀ, ਮੇਰਾ ਆਉਣ ਦਾ ਜੋਮਲ ਦਾ 8 ਕਿਲੋਮੀਟਰ ਰਹਿ ਗਏ ਜੀ ਆਪਣੇ ਐਲਏ ਨੂੰ, 9 ਘੰਟੇ ਲੱਗਣਗੇ ਹੋਰ। ਅਤੇ ਗਰਾਊਂਡ ਸਪੀਡ ਜਿਹੜੀ ਹੈ ਇਸ ਵੇਲੇ ਜਹਾਜ਼ ਦੀ ਹੈਗੀ 990 ਕਿਲੋਮੀਟਰ ਪਰ ਆਵਰ ਆ। ਮੈਨੂੰ ਲੱਗਦਾ ਮੈਂ ਪਹਿਲੀ ਵਾਰੀ ਇੰਨੀ ਜ਼ਿਆਦਾ ਸਪੀਡ ਦੇਖੀ ਆ, ਨਹੀਂ ਤਾਂ 800+ ਹੀ ਹੁੰਦੀ ਆ, 900 ਥੱਲੇ ਹੁੰਦੀ ਆ, ਪਰ ਐਤਕੀ ਪਹਿਲੀ ਵਾਰ ਦੇਖੀ ਆ 990 ਕਿਲੋਮੀਟਰ ਪਰ ਆਵਰ, ਆਲਮੋਸਟ 1000 ਕਿਲੋਮੀਟਰ ਪਰ ਆਵਰ ਹੈ ਨਾ। ਅਤੇ 8 ਕਿਲੋਮੀਟਰ 4-3 ਸਕਿੰਟਾਂ 'ਚ ਹੈ, 30-35 ਸਕਿੰਟਾਂ 'ਚ 8000 ਕਿਲੋਮੀਟਰ ਹੈ ਗਏ ਹੁਣ। ਉਹ ਉੱਥੋਂ ਉੜਿਆ ਸੀਗਾ ਕੋਪਨਹੇਗਨ ਦੇ ਲਾਗੇ ਜਹਾਜ਼, ਮਿਹਨਤ ਤਾਂ ਉਹ ਮਿਹਨਤ ਦੀ ਦਾ ਹੁਣ ਇਸ ਵੇਲੇ ਮੈਨੂੰ ਲੱਗਦਾ ਮੈਂ ਹੈਗਾ ਜੀ, ਪਤਾ ਨਹੀਂ ਕਿਹੜੇ ਕੁਛ ਹੁੰਦੇ, ਆਈਸਲੈਂਡ ਵੱਲ ਨੂੰ ਜਾ ਰਹੇ ਆਪਾਂ। ਮੈਂ ਮੂਵੀ ਦੇਖਣ ਡਿਆ ਸੀ ਤਾਂ ਮੈਂ ਧਿਆਨ ਨਹੀਂ ਮਾਰਿਆ, ਅਤੇ ਆਪਾਂ ਆਈਸਲੈਂਡ ਲੰਘ ਗਏ। ਆ ਸਾਰੇ ਪਹਾੜ ਜਿਹੜੇ ਬਰਫ਼ ਨਾਲ ਢਕੇ ਪਏ ਆ, ਉੱਧਰ ਉੱਪਰੇ ਬਰਫ਼ ਹੀ ਬਰਫ਼, ਇੰਨੀ ਜ਼ਿਆਦਾ ਬਰਫ਼, ਬੱਲੇ ਬੱਲੇ ਵੀ ਲੋਕ ਰਹਿੰਦੇ ਹੋਣਗੇ ਇੱਥੇ, ਪਤਾ ਨਹੀਂ ਲੋਕ ਘੁੰਮਣ ਘੁੰਮਣ ਬਹੁਤ ਆਉਂਦੇ ਇੱਥੇ, ਕਹਿੰਦੇ ਉਹ ਗਰਮ ਪਾਣੀ ਦੇ ਇੱਥੇ ਝਰਨੇ ਝੁਰਨੇ ਜਿਹੇ ਵੀ ਹੈਗੇ ਉੱਦਾਂ, ਪਰ ਇੰਨੀ ਬਰਫ਼ ਆ ਫਿਰ ਵੀ। ਫਾਈਨਲੀ ਬਾਬੇ ਆਪਾਂ ਪਹੁੰਚ ਗਏ ਹੈਗੇ ਅਮਰੀਕਾ, ਅਤੇ ਮੈਂ ਇਸ ਵੇਲੇ ਕੋਈ ਮੋਂਟੈਨਾ ਦੀਆਂ ਪਹਾੜੀਆਂ ਦੇ ਉੱਤੇ ਹੈਗਾ ਹਾਂ ਕਿਤੇ, ਸਾਲਟ ਲੇਕ ਆਉਣ ਵਾਲਾ ਮੂਹਰੇ, ਅਤੇ ਮੈਨੂੰ ਲੱਗਦਾ I-15 ਦੇ ਲਾਗੇ ਕਿਤੇ ਕਿਤੇ ਜਹਾਜ਼ ਜਾ ਰਿਹਾ ਆ ਮੇਰੇ ਵਾਲਾ। ਅਤੇ ਸਨੋ ਇੱਥੇ ਵੀ ਪਹਾੜਾਂ ਦੇ ਉੱਤੇ ਚੰਗੀ ਚੋਟੀਆਂ 'ਤੇ ਪਈ ਹੋ, ਅਤੇ ਬੜੇ ਉੱਚੇ ਪਹਾੜ ਆ, ਜਦੋਂ ਆਪਾਂ ਟਰੱਕ ਲੈ ਕੇ ਆਈ ਤਾਂ ਇੱਧਰ ਨੂੰ ਤਾਂ ਟਰੱਕਾਂ ਦਾ ਚੰਗਾ ਜ਼ੋਰ ਲੱਗਦਾ, ਬਹੁਤ ਜ਼ਿਆਦਾ ਜ਼ੋਰ ਲੱਗਦਾ, ਪਰ ਹੁਣ ਦੇਖ ਲਓ ਵੀ ਥੱਲੇ ਜਹਾਜ਼ ਤੋਂ ਕਿੰਨੇ ਹੈ ਨਾ, ਇੱਦਾਂ ਲੱਗਦੇ ਦੇਖਣ ਨੂੰ ਨਿੱਕੇ ਨਿੱਕੇ ਹੁੰਦੇ ਆ। ਹੁਣ ਮੈਂ ਬੇਸ ਦੇ ਉੱਤੋਂ ਲੰਘ ਗਿਆ, ਅਤੇ ਆਹ ਜਿਹੜੇ ਮੇਰੇ ਵੀਰ ਟਰੱਕ ਚਲਾਉਂਦੇ ਉਹਨਾਂ ਨੂੰ ਪਤਾ ਵੀ ਜਦੋਂ ਆਪਾਂ I-15 'ਤੇ ਸਕੇਲ 'ਤੇ ਲੱਗੇ ਆਉਂਦੇ ਹਾਂ ਤਾਂ ਉੱਥੇ ਸੋਲਰ ਸਿਸਟਮ ਜੇ ਲੱਗੇ ਹੋਆ, ਅਤੇ ਪੂਰੀ ਸ਼ਾਈਨ ਮਾਰਦੇ ਆ, ਵੱਡੇ ਸ਼ੀਸ਼ੇ ਜਿਹੜੇ ਲੱਗੇ ਉਹਨਾਂ ਦੇ ਵਿੱਚ, ਉਹ ਆਹੇ ਜਿਹੜੇ ਦੀਦੀ ਉੱਪਰੋਂ ਇਸ ਵੇਲੇ ਮੈਨੂੰ ਹੁਣ ਇੱਥੇ ਜਿਹੜੀ ਵੱਡੀ ਸਕੇਲ ਆ ਕੈਲੀਫੋਰਨੀਆ ਵਾਲੀ ਉਹ ਵੀ ਆਉਂਦੀ ਆ, ਉਹ ਵੀ ਇੱਥੇ ਕਿਤੇ ਸੈਂਡੀ ਹੋਣੀ ਕਿਤੇ, ਉਹ ਖੱਬੇ ਪਾਸੇ ਦੀਦੀ ਆ ਵੱਡੀ ਸਕੇਲ। ਹੁਣ ਜੇ ਮੈਂ ਤੁਹਾਨੂੰ ਦਿਖਾਵਾਂ ਇੱਧਰੋਂ ਵਧੀਆ ਵਿਊ, ਇਹ ਆਹ ਐਗਰੀਕਲਚਰ ਚੈੱਕ ਆ, ਆਹ ਜਿਹੜਾ ਗੱਬੇ ਦੀਦਾ, ਅਤੇ ਆਹ ਖੱਬੇ ਪਾਸੇ ਨੂੰ ਜਿਹੜਾ ਗੋਲ ਜਿਹਾ ਘਤਾਰਾ ਹੈਗਾ, ਇਹ ਹੈਗਾ ਜੀ ਆਪਣੀ ਕੈਲੀਫੋਰਨੀਆ ਵਾਲੀ ਸਕੇਲ ਜਿਹੜੀ ਨਵੀਂ ਬਣੀ ਸੀਗੀ, ਬਹੁਤ ਵੱਡੀ ਸਕੇਲ ਆ ਵੀ ਇਹ, ਚੰਗੜਾ ਕੱਢਦੇ ਬੈਲੀ ਪੂਰਾ, ਇਹ ਉਹ ਵਾਲੀ ਸਕੇਲ ਆ। ਮੈਂ ਹੁਣ ਉੜੇ ਜਾਂਦੇ ਹਾਂ I-40 ਦੇ ਲਾਗੇ, ਆਹ ਜਿਹੜਾ ਪਰੇ ਤੁਰੇ ਜਾਂਦਾ ਉਹ I-40 ਆ, I-40 ਦੇ ਨਾਲ ਨਾਲ ਉੜੇ ਜਾਣ ਦੇ ਜਹਾਜ਼ ਸਿੱਧਾ ਓਨਟਾਰੀਓ ਵੱਲੋਂ, ਥੋੜ੍ਹਾ ਟੇਢਾ ਹੋ ਗਿਆ। ਆਹ ਜਿਹੜੇ ਨਜ਼ਾਰੇ ਆਪਾਂ ਕਦੇ ਦੇਖੇ ਹੀ ਨਹੀਂ ਵੀ ਇੱਥੇ ਰੰਗ ਬਿਰੰਗੀ ਮਿੱਟੀ ਆ। ਹੁਣ ਮੈਂ ਆ ਗਿਆ ਜੀ 215 ਅਤੇ 15 ਵਾਲੀ ਇੰਟਰਚੇਂਜ ਦੇ ਲਾਗੇ,
ਆਉਂਦੇ ਉਦੋਂ 15 ਹਾਈਵੇ ਉਤਰਦਾ ਉਤੋਂ ਅਤੇ ਖੱਬੇ ਪਾਸੇ ਨਿਕਲਦਾ 15 ਅਤੇ ਇੱਧਰ ਨੂੰ ਮੇਰੇ ਵੱਲ ਨੂੰ ਆ ਰਿਹਾ 215 ਹਾਈਵੇ ਇਹ ਉਹ ਵਾਲੀ ਇੰਟਰਚੇਂਜ ਆ ਇੱਥੇ ਟਰੱਕਾਂ ਦਾ ਜ਼ੋਰ ਬਹੁਤ ਲੱਗਦਾ ਜਦੋਂ ਤਾਂ ਉਹਨੂੰ ਚੜ੍ਹਦੇ ਨਾ ਪਰਲੇ ਪਾਸੇ ਨੂੰ ਮੂਹਰੇ ਸਕੇਲ ਵਾਲੇ ਝੰਡੇ ਕੱਢ ਕੇ ਬੈਠੇ ਹੁੰਦੇ ਆ ਪਹਿਲੀ ਉਹ ਡਰਾਉਂਦੇ ਬੰਦੇ ਨੂੰ ਪੂਰਾ ਟਰੱਕਾਂ ਵਾਲਿਆਂ ਨੂੰ ਉਹ ਜਾਂਦਾ ਸਿੱਧਾ ਸਪੀਰੀਆ ਨੂੰ ਟਰੱਕ ਇਮੀਗ੍ਰੇਸ਼ਨ ਚੈੱਕ ਹੋ ਗਿਆ ਮੇਰਾ ਉੱਥੇ ਜਿਹੜੀ ਹੈਗੀ ਵੀਡੀਓਗ੍ਰਾਫੀ ਅਲਾਊਡ ਨਹੀਂ ਆ ਮੈਂ ਵੱਡਾ ਵੱਡਾ ਲਿਖ ਕੇ ਲਾਇਆ ਵੀ ਨਹੀਂ ਬਣਾਉਣੀ ਵੀਡੀਓ ਤਾਂ ਫੋਟੋ ਨਹੀਂ ਖਿੱਚਣੀ ਮੇਰੇ ਲੱਗੇ 15-20 ਮਿੰਟ ਲੱਗ ਗਏ ਉੱਥੇ ਪਹਿਲਾਂ ਜਹਾਜ਼ ਜਿਹੜਾ ਆ ਉਹ ਵੇਟ ਕਰਨਾ ਪਿਆ ਸਾਨੂੰ ਅੱਧਾ ਕੁ ਘੰਟਾ ਜਹਾਜ਼ ਰਨਵੇ 'ਤੇ ਵੇਟ ਕਰਦਾ ਰਿਹਾ ਗੇਟ 'ਤੇ ਪਹੁੰਚਣ ਲਈ ਗੇਟ 'ਤੇ ਪਹਿਲਾਂ ਜਹਾਜ਼ ਲੱਗਿਆ ਸੀਗਾ ਅਤੇ ਹੁਣ ਮੈਂ ਫਿਰ ਇੱਧਰ 8 ਨੰਬਰ ਬੈਲਟ 'ਤੇ ਮੇਰਾ ਸਮਾਨ ਆਉਣਾ ਆ ਸਮਾਨ ਚੱਕੀ ਅਤੇ ਰਾਣਾ ਭਾਅ ਜੀ ਵੀ ਬੈਠਾ ਪਹਿਲਾਂ ਦਾ ਆ ਕੇ ਉਹ ਜਹਾਜ਼ ਦੇਖਣ ਡਿਆ ਆ I-15 ਦੇ ਉੱਤੇ ਲਾਗੇ ਬਹਿ ਕੇ ਅਤੇ ਮੈਂ ਫਿਰ ਉਹਨੂੰ ਦੱਸਿਆ ਮੈਂ ਕਿਹਾ ਵੀ ਮੈਂ ਬਾਹਰ ਨਿਕਲ ਕੇ ਟੈਚੀ ਚੱਕ ਕੇ ਅਤੇ ਫਿਰ ਤੈਨੂੰ ਕਾਲ ਕਰਦਾ ਫਿਰ ਆ ਜੀ ਉਹ ਮੇਰੇ 8 ਨੰਬਰ ਬੈਲਟ ਆ 8 ਨੰਬਰ ਬੈਲਟ ਤੋਂ ਆਪਣਾ ਸਮਾਨ ਆਉਣਾ ਆ ਲੈ ਤਾਂ ਮੈਂ ਹਾਲੇ ਤਾਂ ਪਹੁੰਚਿਆ ਹੀ ਹਾਂ ਤਾਂ ਮੇਰਾ ਟੈਚੀ ਤਾਂ ਮੋਰੇ ਦੌੜਾ ਆਉਂਦਾ ਆ ਚੱਕ ਔਰੇਂਜ ਰੰਗ ਦਾ ਟੈਗ ਲਾਇਆ ਮੈਂ ਜਹਾਜ਼ ਵਾਲਾ ਇਹ ਫਿਰ ਦੂਰੋਂ ਪਛਾਣ ਹੋ ਜਾਂਦਾ ਨਾ ਔਰੇਂਜ ਟੈਗ ਜਿੱਦਾਂ ਬ੍ਰਾਈਟ ਕਲਰ ਹੋਣ ਦੂਰੋਂ ਪਛਾਣੇ ਜਾਂਦੇ ਆ ਤਾਂ ਕਰਕੇ ਲਾਇਆ ਸੀ ਇਹ ਟੈਗ ਐਲੇ ਪਹੁੰਚ ਗਏ ਮੈਂ ਸਮਾਨ ਚੱਕਣ ਆਇਆ ਇੱਕ ਟੈਚੀ ਆ ਗਿਆ ਮੇਰਾ ਹੈਂਡ ਬੈਗ ਤਾਂ ਚੱਲ ਨਾਲ ਹੀ ਸੀਗਾ ਇੱਕ ਟੈਚੀ ਰਹਿੰਦਾ ਉਹਦੀ ਵੇਟ ਕਰਨ ਆਇਆ ਕਿੱਥੇ ਆਉਂਦਾ ਰਾਣਾ ਭਾਅ ਜੀ ਆ ਕੇ ਬੈਠਾ ਆ ਦੂਸਰਾ ਬੈਗ ਵੀ ਆ ਗਿਆ ਮੇਰਾ ਔਰੇਂਜ ਟੈਗ ਲਾਇਆ ਸੀ ਇਹਨੂੰ ਮੈਂ ਹੁਣ ਮੇਰਾ ਰਹਿ ਗਿਆ ਡਰੋਨ ਵਾਲਾ ਬੈਗ ਉਹ ਕਹਿੰਦੇ ਸ਼ਾਇਦ ਉਹ ਸਾਈਜ਼ ਵਾਲੇ ਫਟ ਗਏ ਹੋਣਾ ਉਹ ਹੁਣ ਦੇ ਰਿਹਾ ਮੈਂ ਉਹ ਸਾਈਜ਼ ਵਾਲਾ ਪਤਾ ਕਿੱਥੇ ਤੂੰ ਕਿੱਥੋਂ ਭੱਜਿਆ ਜਾਂਦਾ ਉਹ ਮੇਰੇ ਲੈ ਬਣ ਗਈ ਗੱਲ ਡਰੋਨ ਵਾਲਾ ਡੱਬਾ ਹੈਗਾ ਵੀ ਹੈ ਹੈਗਾ ਡਰੋਨ ਵੀ ਬੈਟਰੀਆਂ ਪਹਿਲੀ ਵੀ ਕੱਢ ਕੇ
कहते हैंड बैग पा लो बैटरियां जो लगेज जा इंडिया वाले रूल बखरे ही आ चलिए फिर हम बाहर निकलिए इतों भाजी करता है फोन मैं भी आ गया बाहर टैची चक के जलो उसने फोन करता है मैं लगता उन्होंने 10 मिनट लगने से आने वाला ही होना भाजी भी मैं चल उन्ना चेर बाहर खड़ने के हवा हारे नज़ारे बजे पे है हवा बड़ी साफ सुथरी इतने इंडिया जब मिट्टी कट्टा जब बहुत इतने बहुत घट मिट्टी कट्टा बेकरफील्ड जरा जितने मेरे न अमरीका का मोस्ट पोल्यूटेड सिटी है पर पंजाब ना फिर साफ आ जोड़े अगर उगा लाइद उन्होंने करके काम खराब हो जाता ना लो जी मुंडियो आई फाइव वाली ग्रे पाइन वाली हिल जी उतर लगा मैं मोहरे आ गया साडा पिंड 20 मिंटा से घरे चलते हैं इंडियन मिस कर रहा मैं हले भी बहुत ज़्यादा मैं लगता भी दिल लगेगा नहीं हले थोड़ा चेर बाकी देखो किदा होंगी है पहुँच गए मित्रों चंगा फिर सत श्री अकाल।